ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ 4 ਤਰੀਕ ਨੂੰ 4 ਜਨਵਰੀ ਨੂੰ ਗੁਰਦੁਆਰਾ ਸਾਹਿਬ ਦੇ ਗੇਟ ਦੇ ਅੱਗੇ ਜਿਹੜਾ ਇੱਕ ਵਾਕਿਆ ਹੋਇਆ ਸੀ ਉਹਨੂੰ ਦੁਨੀਆ ਨੇ ਬਹੁਤ ਜ਼ਿਆਦਾ ਚੁੱਕਿਆ, ਸਿੱਖ ਜਗਤ ਨੇ ਉਹਦੇ ਉੱਤੇ ਬਹੁਤ ਜ਼ਿਆਦਾ ਇਹਤਜਾਜ ਵੀ ਕੀਤੇ ਪੂਰੀ ਦੁਨੀਆ ਦੇ ਵਿੱਚ, ਕਰਨੇ ਵੀ ਚਾਹੀਦੇ ਹੈ ਕਿਉਂਕਿ ਸਾਡਾ ਨਨਕਾਣਾ ਸਾਹਿਬ, ਸਾਡਾ ਮੱਕਾ, ਸਾਡਾ ਮਦੀਨਾ ਹੈ। ਪਰ ਇੱਕ ਗੱਲ ਅਸੀਂ ਦੱਸਦੇ ਜਾਈਏ ਕਿ ਇਹਦੇ ਵਿੱਚ ਕੋਈ ਪਾਕਿਸਤਾਨ ਨੂੰ ਬਦਨਾਮ ਕਰੇ ਜਾਂ ਕੋਈ ਇਸਲਾਮ ਨੂੰ ਬਦਨਾਮ ਕਰੇ ਤਾਂ ਇਹ ਸਰਾਸਰ ਜ਼ਿਆਦੀ ਹੈ, ਕਿਉਂਕਿ ਇਹਦੇ ਵਿੱਚ ਇਸਲਾਮ ਅਤੇ ਪਾਕਿਸਤਾਨ ਤੋਂ ਦੂਰ ਦੀ ਗੱਲ ਹੈ। ਜ਼ਿਲ੍ਹਾ ਨਨਕਾਣਾ, ਤਹਿਸੀਲ ਨਨਕਾਣਾ, ਕੋਈ ਗਲੀ ਮੁਹੱਲਾ ਵੀ ਸ਼ਾਮਿਲ ਨਹੀਂ ਹੈ ਇਹਦੇ ਵਿੱਚ। ਸਿਰਫ ਇੱਕ ਬੰਦਾ, ਇੱਕ ਫੈਮਿਲੀ ਔਰ ਉਸ ਫੈਮਿਲੀ ਦੇ ਵਿੱਚ ਚੰਦ ਅਫਰਾਦ ਸ਼ਾਮਿਲ ਸਨ, ਉਹ ਅਰੈਸਟ ਵੀ ਹੋਏ ਨੇ ਔਰ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏਗੀ। ਅੱਜ ਸਾਡੇ ਦਰਮਿਆਨ ਇੱਥੇ ਕਮਿਸ਼ਨਰ ਲਾਹੌਰ ਮੌਜੂਦ ਨੇ, RPO ਸਾਹਿਬ ਮੌਜੂਦ ਨੇ, ਸਾਡੇ ਜ਼ਿਲ੍ਹਾ ਪੁਲਿਸ ਦੇ DPO ਸਾਹਿਬ ਮੌਜੂਦ ਨੇ ਔਰ ਸਾਡੇ DC ਸਾਹਿਬ ਮੌਜੂਦ ਨੇ। ਇਹਨਾਂ ਆ ਕੇ ਪੂਰੀ ਕੌਮ ਨੂੰ ਇਹ ਤਸੱਲੀ ਦਵਾਈ ਹੈ ਕਿ ਉਹਨਾਂ ਨੂੰ ਤਾਂ ਅਸੀਂ ਗ੍ਰਿਫਤਾਰ ਕਰ ਲਿਆ, ਉਹਨਾਂ ਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਵਾਂਗੇ, ਤੁਹਾਡੀ ਜਿਹੜੀ ਸਿਕਿਉਰਿਟੀ ਹੈ ਉਹਨੂੰ ਵੀ ਅਸੀਂ ਇਨਸ਼ੋਰ ਕਰਾਂਗੇ। ਔਰ ਆਇੰਦਾ ਤੋਂ ਜਿਸ ਤਰ੍ਹਾਂ ਕਿ ਪੂਰੇ ਮੁਸਲਮਾਨ ਜਗਤ ਨੇ ਇਹ ਖਵਾਜਾ ਮੋਹਿਨੁਦੀਨ ਚਿਸ਼ਤੀ ਦੇ ਦਰਬਾਰ ਤੋਂ ਲੈ ਕੇ ਪਾਕਿਸਤਾਨ ਦੇ ਬਾਬਾ ਫਰੀਦ ਸਾਹਿਬ, ਹਜ਼ਰਤ ਮੀਆਂ ਮੀਰ ਸਾਹਿਬ, ਸਾਰੇ ਮੁਸਲਮਾਨਾਂ ਦੇ ਫਿਰਕਿਆਂ ਨੇ ਇਹ ਡਿਕਲੀਅਰ ਕਰ ਦਿੱਤਾ ਕਿ ਉਹ ਬੰਦਾ ਜਿਹਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਉਹ ਇਸਲਾਮ ਦੇ ਵਿੱਚ ਹੈ ਹੀ ਨਹੀਂ, ਕਿਉਂਕਿ ਇਸਲਾਮ ਅਮਨ ਔਰ ਸਲਾਮਤੀ ਦਾ ਮਜ਼ਹਬ ਹੈ ਔਰ ਇਸਲਾਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ। ਸੋ ਮੈਂ ਆਪਣੀ ਕੌਮ ਦੀ ਤਰਫੋਂ ਇਹ ਜਿਹੜੇ ਇਸ ਟਾਈਮ ਅਫਸਰ ਆਏ ਨੇ ਸਾਡੇ ਪੁਲਿਸ ਦੇ ਔਰ ਸਾਡੇ ਜ਼ਿਲ੍ਹੇ ਦੇ ਇੰਤਜ਼ਾਮੀਆਂ ਦੇ, ਸਾਡੇ ਲਾਹੌਰ ਪੂਰੀ ਡਿਵੀਜ਼ਨ ਦੇ ਅਫਸਰ ਇੱਥੇ ਮੌਜੂਦ ਨੇ, ਮੈਂ ਇਹਨਾਂ ਦਾ ਆਪਣੀ ਕੌਮ ਦੀ ਤਰਫੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।